ਫਿਰਦਾ ਵਿਸ਼ਵਾਸ ਨਾ ਭਰ ਗਿਆ। ਮਹਾਰਾਜ ਜੀ ਦੱਸਦੇ ਹੁੰਦੇ ਸੀ, ਇੱਕ ਦਿਨ ਬੜਾ ਭੇਤ ਮਹਾਰਾਜ ਨੇ ਕਥਾ ਦਾ ਖੋਲਿਆ। ਕਹਿੰਦੇ ਸਿੱਖ ਨੂੰ ਅੱਬਲ ਤਾਂ ਉੱਡਾ ਕਰਮ ਹੀ ਨਹੀਂ ਹੁੰਦਾ ਵੀ ਮੰਗਣਾ ਨਹੀਂ ਆਉਂਦਾ। ਸਤਿਗੁਰੂ ਤੋਂ ਮੰਗੋ ਤਾਂ ਕੀ ਮੰਗੋ, ਵਿਸ਼ਵਾਸ ਮੰਗੋ। ਜਦੋਂ ਵਿਸ਼ਵਾਸ ਮਿਲ ਗਿਆ ਨਾ, ਸਭ ਕੁਛ ਹੀ ਮਿਲ ਗਿਆ। ਹਮਾਂ ਰੱਬ ਕਹਿੰਦੇ ਕੋਲੇ ਤੁਰਿਆ ਫਿਰਦਾ, ਕਿੰਨੀ ਤਪੱਸਿਆ ਹੈ, ਗਿਆਨ ਸੁਣੀ ਜਾਂਦਾ, ਹਜੇ ਵਿਸ਼ਵਾਸ ਨਹੀਂ ਨਾ ਤਾਂ ਉਸਦੀ ਭਗਤੀ ਨੂੰ ਪੂਰਾ ਫਲ ਨਹੀਂ ਲੈਣਾ। ਜਿਹਦਾ ਸਤਿਗੁਰਾਂ ਨੇ ਆਪਣੇ ਆ ਵਿਸ਼ਵਾਸ ਬੰਨਤਾ। ਅਤੇ ਇੱਕ ਦਿਨ ਅੱਧੀ ਰਾਤ ਸੀ, ਮਹਾਰਾਜ ਕਹਿੰਦੇ ਅੰਗਤ ਕੀ ਟਾਈਮ ਆ। ਕਹਿੰਦੇ ਮਹਾਰਾਜ ਜੀ ਰਾਤ ਢਲੀ ਹੈ, ਅੱਧੀ ਰਾਤ ਤੋਂ ਰਾਤ ਲੰਘ ਗਈ ਆ। ਉਹ ਮਹਾਰਾਜ ਕਹਿੰਦੇ ਨਹੀਂ, ਕਹਿੰਦੇ ਦੁਪਹਿਰਾ ਦੁਪਹਿਰਾ। ਗੁਰੂ ਸੰਗਤ ਜੀ ਇਹ ਗੁਣ ਮਹਾਰਾਜ ਜੋ ਜੋਤ ਨਿਰੰਜਨੀ ਬਿਰਾਜਮਾਨ ਹੈ ਨਾ ਆਪਣੇ ਵਿੱਚ, ਇਹ ਗੁਣ ਇਹਨਾਂ ਵਿੱਚ ਸੀ। ਜਦੋਂ ਵੀ ਇਹਨਾਂ ਨੇ ਮਹਾਰਾਜ ਜੀ ਦਾ ਹੁਕਮ ਵਜਾ ਕੇ ਆਉਣਾ ਨਾ, ਆਉਣ ਸਾਰ ਜੇ ਮਹਾਰਾਜ ਨੇ ਕਹਿ ਦੇਣਾ ਸਰਪੰਚ ਆਹ ਬੜਾ ਜ਼ਰੂਰੀ ਕੰਮ ਆ, ਜੇ ਹੁਣੇ ਕਰਕੇ ਆਉਣਾ ਤਾਂ ਠੀਕ ਆ, ਉਦੋਂ ਹੀ ਨਮਸਕਾਰ ਕਰਕੇ ਤੁਰ ਜਾਣਾ। ਨਾ ਇਹ ਦੱਸਣਾ ਮਹਾਰਾਜ ਸਾਨੂੰ ਦੋ ਤਿੰਨ ਦਿਨ ਹੋ ਗਏ ਭੋਜਨ ਨਹੀਂ ਛਕਿਆ, ਅਸੀਂ ਆਰਾਮ ਨਹੀਂ ਕੀਤਾ, ਇੱਧਰੋਂ ਆਉਣਾ ਇੱਧਰ ਨੂੰ ਤੁਰ ਜਾਣਾ, ਉੱਧਰੋਂ ਆਉਣਾ ਇੱਧਰ ਨੂੰ ਤੁਰ ਜਾਣਾ। ਔਰ ਮਹਾਰਾਜ ਜੀ ਨੇ ਵੀ ਖੜ ਕੇ ਵੇਂਹਦੇ ਰਹਿਣਾ ਰਸਤਾ ਮਾਰਾ। ਫਿਰ ਮਹਾਰਾਜ ਜੀ ਨੇ ਕਹਿ ਵੀ ਦਿੱਤਾ ਸੀ ਕਿਤੇ ਬੇਪਰਵਾਹ ਜੇ ਦਿਲ ਨੂੰ ਖੁਸ਼ ਕਰ ਦੇਣਾ ਕਿਤੇ ਖੇਡ ਹੈ। ਇਹ ਗੱਲ ਦੱਸ ਗਏ ਸੀ ਮਹਾਰਾਜ ਆਪਣੇ ਸਾਰਿਆਂ ਨੂੰ ਸਟੇਜ 'ਤੇ ਵੀ ਜੇ ਵੀ ਇਹ ਨਹੀਂ ਗੱਲ ਵੀ ਸਾਡਾ ਭਰਾਵਾਂ ਵਾਲਾ ਵੀ ਪਿਆਰ ਹੈ, ਪਰ ਨਹੀਂ ਇਸ ਤੋਂ ਉੱਚਾ ਦਰਜਾ ਹੈ ਸਾਡੇ ਨਾਲ ਇਹ ਸਤਿਗੁਰੂ ਵਾਲਾ ਪਿਆਰ ਰੱਖਦੇ ਆ। ਲੈਣਾ ਜੀ ਕਹਿੰਦੇ ਮਹਾਰਾਜ ਰਜ਼ਮ 'ਚ ਪਾ ਗਏ, ਕਹਿੰਦੇ ਭਗਵਾਨ ਸੋਡਾ ਹੀ ਬਣਾਇਆ ਦੇਣਾ ਅਤੇ ਸੋਡੀ ਬਣਾਈ ਹੋਈ ਰਾਤ ਹੈ। ਚੰਗਾ ਕਹਿੰਦੇ ਪਿਆਰੇ ਸਾਡੇ ਵਸਤਰ ਧੋ ਕੇ ਲਿਆ। ਲੈਣਾ ਜੀ ਜਦੋਂ ਸਤ ਬਚਨ ਕਹਿ ਕੇ ਵਸਤਰ ਲੈ ਕੇ ਗਏ ਤਾਂ ਗੁਰਮੁਖ ਪਿਆਰਿਓ ਮਹਾਰਾਜ ਨੇ ਕਿਹਾ ਸੀ ਦੁਪਹਿਰਾ ਹੈ ਅਤੇ ਦਿਨ ਦਾ ਦੁਪਹਿਰਾ ਹੈ। ਹੈਰਾਨ ਹੋਇਆ ਲੈਣਾ ਜੀ, ਫਿਰ ਸੋਚਿਆ ਮਨਾ ਉਹ ਦਿਨ ਰਾਤਾਂ ਨੂੰ ਬੁਲਾਉਣ ਵਾਲੇ ਇਹੀ ਹੈ। ਵੀ ਹੋ ਗਿਆ ਜੇ ਅੱਧੀ ਰਾਤ ਉਹਨਾਂ ਨੇ ਦੁਪਹਿਰਾ ਬਣਾ ਦਿੱਤਾ ਤਾਂ ਵਸਤਰ ਧੋਏ ਸਕਾਲੇ ਤੈ ਮਾਰਤੀ ਅਤੇ ਮਹਾਰਾਜ ਦੀ ਹਜ਼ੂਰੀ 'ਚ ਆ ਗਏ ਅਤੇ ਆ ਕੇ ਵੇਖਿਆ ਅਤੇ ਅੰਮ੍ਰਿਤ ਵੇਲੇ ਹਜੇ 4 ਵਜੇ। ਹੁਣ ਲੈਣਾ ਜੀ ਦਿਲੋਂ ਹੀ ਦਿਲੋਂ ਉਹ ਸਮੇਂ ਦਾ ਧੰਨਵਾਦ ਕਰ ਰਹੇ ਹੈ ਵੀ ਉਹ ਭਾਗਾਂ ਵਾਲੀ ਘੜੀ ਸੀ ਜਿਸ ਘੜੀ ਮਹਾਰਾਜ ਮੈਂ ਤੇਰੇ ਦੁਆਰੇ ਆਇਆ, ਤੇਰੇ ਦਰ ਆ ਕੇ ਮੈਂ ਖਾਕ ਤੋਂ ਪਾਕ ਹੋਇਆ, ਮੇਰਾ ਹਾਲ ਮਹਾਰਾਜ ਤੁਹਾਡੀ ਕਿਰਪਾ ਨਾਲ ਜੀਵ ਤੋਂ ਆਹ ਹੋ ਗਿਆ। ਉਸਦੀ ਆਤਮਾ ਲੈਣਾ ਜੀ ਦੀ ਉਸ ਘੜੀ ਦਾ ਧੰਨਵਾਦ ਕਰ ਰਹੀ ਹੈ। ਸਾਰੀ ਸੰਗਤ ਆਪਾਂ ਵੀ ਇਸ ਸਮੇਂ ਦਾ ਧੰਨਵਾਦ ਕਰੀਏ। ਸੀਨ ਸੋਹਣਿਆ ਰੀ ਦੇ ਤਸਵੀਰ ਤੇਰੀ, ਸੀਨ ਸੋਹਣਿਆ ਰੀ ਦੇ ਤਸਵੀਰ ਤੇਰੀ, ਸੋਹਣਿਆ ਰੀ ਦੇ ਤਸਵੀਰ ਤੇਰੀ, ਸੀਨ ਸੋਹਣਿਆ ਰੀ ਦੇ ਤਸਵੀਰ ਤੇਰੀ, ਤੇਰਾ ਚੜਿਆ ਨਾਮ ਜਬਾਨ ਉੱਤੇ, ਸੋਡਾ ਚੜਿਆ ਨਾਮ ਜਬਾਨ
इंतजार वे सी सानू वो करतार ने मिला दिता है। दिल च फैसला बना लिया भी ये नाम का खजाना लहना जी नू दे के ते हुण परम पुरख दे चरणा विच नमाज करी। हृदय विच ही करतार नू याद कीता किवें सारे बोलियो तेरे चरणां दे बाजूं होर आसरा ना कोई, 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 तेरे चरणां दे बाजूं होर आसरा ना कोई। अकाल पुरख जी ने महाराज जी नूं कोले सद्या और कहा गुरु नानक तुसी साडे रूप ते तुसी सानू याद कीता, असी सानू तां गुनरबा नू भेज के मंगाया है कि जदों असी बावन अवतार धारिया सी ना उदों असी बहलोचन नू गुरु धारिया सी, तुसी आपदे गुरु नू हुक्म दे के भेज दिता है, इन्हां नू तुसी नाम दा खजाना दे दिओ, सोडा पंथ चलेगा और असी चाहुंदे आ भी सब दुनिया नू नाम दे जहाज च बहा के पार कीता, थोड़ी सिक्खी चलेगी, प्रेम दा रस्ता तुसी विखाओगे, मेरे नाम उपर जो कुछ करोंगे ते ए खजाना हुण अंग जी दे सपुरद करके आ जाओ साडे कोल। उधर गुरु संगत जीओ, एक दिन महाराज दा एक सिख सी कमलिया ते ए एक मुट्ठी विच चीज है ते महाराज जी नू फड़ाती। महाराज कहिंदे ओ कमलिया ओ अज सदेहा लै आया घा, ओ किसे दा चाके तां नहीं लिया, चोरी दा अस नहीं पाउणा गवां नू। अंतर जामी नूं सब पता सी, वो कहिंदा कानू महाराज जदों मैं गया घा खोतन ते चार जगीसर मिले मैनू, वो कहिंदे भी कमलिया धन है जिहड़ा सतगुरां दे चरणां च रहिंदा और लुकिया फिरदा, नमस्कार है साडी, अही तां दर्शन करांगे उहनां दा सचखंड दे विच, साडा गुरु नानक देव नूं सुनेहां दे आ। मैं तां जी जवाब ही देता उहनां नूं
मैं कहा नहीं जी, जेड़ा मैनू उन्होंने हुक्म लाया मैं तो पहला वो करना। कहिंदे कि गुरु के लंगर दियां जी काम तीन, गऊं वास्ते मैं तो घा लैन आया, घा खोत के फिर मैं थोड़ा सुनेहा दे दूं जो मर्जी के। उन्होंने नज़र की तो घा इकट्ठा करता, ले भी सिखा बन ला पंड। कहिंदा जी हुण तां मैं हुणे मुड़ जूंगा। पंड चकाती ते राख दी चुटकी फड़ाती, लै कहिंदे आ सुनेहा साडा महाराज नूं फड़ा दी। कहिंदे जी कोई दसी तां है नहीं गल, कहिंदे ओह आपे समझ लैणगे। कहिंदा महाराज जी आ मेरे नाल कौतक बीतिया है। हस के कहिंदे लै वी कमलिया साडा सुनेहा लै आया तूं तां। कहिंदे इन्नी गल कह के अंगद जी कोले बैठे सी, ललेर मंगा लिया, पैसे मंगा ले, होर सारी समगरी मंगा के ते महाराज जी ने लैणे नूं नमस्कार कर लैणा जी दे नेत्रां दे विच पतला पतला पानी भर आया ते महाराज जी दे चरणां च नमस्कार कीती, आपदे आप नूं फटकार देण लगा। ओ सच्चे पातशाह जे शरीर नूं तुसीं नमस्कार कीती है इस नूं कोढ़ हो जाणा चाहिए। महाराज कहिंदे ना प्यारिया होर ना गल कहीं, मैं तैनू सब कुछ बख्श चुका, वेखी जा भी गल हुण रहूगी पर साडी याद बनी रहूगी, थोड़ा जा रहूगा पैर दे अंगूठे ते, बस होर ना गल करी सुन। मैं नमस्कार इस करके कीती है, तेरी मत नूं मैं नमस्कार कीती है, जेड़ी मत ने जोत नूं पछाणिया। वेखना आ साडा भी शरीर पंज तत दा ते तेरा भी पंज तत दा है, असी नमस्कार कीती आ इस जोत नूं, जिहड़ी जोत विच भी है ते न्यारी भी है। इस करके बस साडा तू रूप हो गया, होर बात ना कर, असी तेरे अंग संग आ ते तैनू असी परसों चौथे नूं खंडूर साहिब भेज देना। ते महाराज जी ने कहिंदे आ जिहड़े सिख होर भी है ना इन्हां नूं भी कुछ बख्शना आपां, और जो चाहुणगे तेरे वाली ही दात इन्हां नूं बख्शनी आ। ते महाराज जी ने सांगर चाता दूजे दिन ही। हुण वेखो जिन्हां ते वाहिगुरू की नज़र होवे ना वह चाहुंदे आ सब दा भला। ते उन्होंने सारे सिखां नूं दसता भी सिखो महाराज जी ने एक सांग वरतौना, सकदी आपां नूं कुछ कहण, कूरन कुट्टन ते तुसीं चरण ना छड्डियो उन्हां दे। जिवें हुण महाराज जी आपां नूं हुक्म लाउंदे हुंदे आ भी प्यारिओ वो तां स्वामी जी आपां नूं वेख रहे है ते अपना कार्ज जो आप करन वाले आ, ये तां एक बहाना है, पर ड्यूटी ते उन्हां नूं अंग संग समझिया करो। ले वेखो इन्हां दे बचन विच कैसा नज़ारा है, कील कोके आपां तो रखदे आ, इन्हां नूं पता है, इन्हां नूं पता भी वो नज़र करनगे इस बहाने सानूं बख्शणगे। लैणा जी दे समझाए सी ते महाराज जी आ गए ते किसे नूं कुछ कहण, किसे नूं कुछ कहण, किसे नूं कहण, ओह इन्ना चिर हो गया तू इत्थे रहिंदे नूं, तू घट सेवा करदा ते तू की साथों चाहुंदा, होर दस तैनूं की चाहीदा। ओह सारे चिक चुप। लैणा जी दे समझाए सी, ओह कहिंदे जी सकदी कुछ करो, कुछ कहो, मारो कुटो, जैसे कैसे हैं स्वामी जी, असीं तां तेरे हाँ। अच्छा कहिंदे मेरे हाँ, फिर मेरा वचन मनो, दस गए ना इत्थे सारी गल, सिख दा कर्म ते तपस्या की है, हुक्म मनना। वो कहिंदे जी दसो, बाली दा संगत पहले ही भज गई सी, थोड़े सिख रह गए। ते महाराज जी एक बेले च लै गए, बेले दे विच ना फिर महाराज ने कहा मुड़ जो। कहिंदे जी असी नहीं मुड़ सकते, अही थोड़े सिख हाँ। तो महाराज जी ने उत्थे फिर होर भयंकर स्वरूप धार लिया, बहुत सारे भज गए। किन्ने सिख रह गए, भीरो, बूढ़ा, अंगद जी, बाला, ये सिख रह गए। कहिंदे फिर साढ़े सिखा का साडा हुक्म मनो। कहिंदे दसो जी, एक उत्थे दस्या जन्म साखी ने भी एक मुर्दा पिया है, उत्थे चिट्टा चादरा है। कहिंदे फिर इहनू छको,
ਉਹ ਹੁਣ ਦਾਲੇ ਦਾਲੇ ਤੁਰੇ ਫਿਰਦੇ ਆ। ਹੁਣ ਮਹਾਰਾਜ ਜੀ ਫੇਰ ਘੂਰਦੇ ਹੈ, ਕਹਿੰਦੇ ਸਾਡਾ ਬਚਨ ਮੰਨਣ ਨੂੰ ਚਿੱਤ ਕਰਦਾ। ਉਹ ਕਹਿੰਦੇ ਮਹਾਰਾਜ ਜੀ ਤੂੰ ਬੜਾ ਬੇਅੰਤਾਂ, ਤੇਰਾ ਕਿਸੇ ਨੇ ਅੱਜ ਤੱਕ ਭੇਤ ਨਹੀਂ ਪਾਇਆ, ਅਤੇ ਭਗਵਾਨ ਅਸੀਂ ਸੋਨੂੰ ਨਹੀਂ ਛੱਡ ਸਕਦੇ, ਭਾਵੇਂ ਕੁਝ ਮਰਜ਼ੀ ਕਰਾਓ, ਸਾਨੂੰ ਤੁਹਾਡਾ ਹੁਕਮ ਮੰਨਣ ਦੀ ਜ਼ਰੂਰਤ ਹੈ। ਅਤੇ ਸਿੱਖਾਂ ਨੇ ਕੀ ਕਿਹਾ, ਕਿਹੜੇ ਵਚਨਾਂ ਨਾਲ ਪਾਸ ਹੁੰਦੇ ਹੈ ਉਹ? ਜਨਮ ਲੀ ਤੇ ਤੇਰੀ ਯਾਦ ਅੰਦ, ਜੇ ਜਨਮ ਲੀ ਕਹਿੰਦੇ ਫਿਰ ਛਕੋ, ਕਹਿੰਦੇ ਤੁਸੀਂ ਹੁਕਮ ਚਾਹੁੰਦੇ ਵੀ ਚਰਨਾਂ ਵੱਲੋਂ ਸੀਸ ਵੱਲੋਂ, ਕਹਿੰਦੇ ਚਰਨਾਂ ਵੱਲੋਂ। ਜਦੋਂ ਵਸਤਰ ਚੱਕਿਆ ਤੇ ਬਰਮ ਭੋਜ ਤਿੰਨ ਮੇਲ ਦਾ ਪ੍ਰਸ਼ਾਦ ਪਿਆ। ਮਹਾਰਾਜ ਜੀ ਬੈਠ ਗਏ, ਕਹਿੰਦੇ ਛਕ ਲਓ ਪਹਿਲਾਂ ਪ੍ਰਸ਼ਾਦ, ਹੁਣ ਬਹਾ ਲੇ। ਲੈ ਕਹਿੰਦੇ ਸਿੱਖੋ, ਜਿਹੜੀ ਤੁਸੀਂ ਵੀ ਬੇਨਤੀ ਕੀਤੀ ਇਹ ਵੀ ਸਹੀ ਹੈ ਵੀ ਭੇਤ ਤਾਂ ਨਹੀਂ ਅਕਾਲ ਪੁਰਖ ਦਾ ਆ ਸਕਦਾ, ਪਰ ਪਿਆਰ ਤੁਹਾਡੇ ਵਾਂਗੂ ਚਾਹੀਦਾ। ਲੈ ਕਹਿੰਦੇ ਪਿਆਰਿਓ, ਤੁਹਾਡੇ ਮਗਰ ਅਸੀਂ ਜਿੰਨੀ ਵੀ ਸੰਗਤ ਹੈ ਨਾ ਇਸ ਗੁਰਗੱਦੀ ਦੀ ਸਾਰੀ ਹੀ ਬਖਸ਼ਤੀ ਹੈ। ਜਾ ਕਹਿੰਦੇ ਲੈਣੇ, ਅੱਜ ਤੋਂ ਤੁਸੀਂ ਖੰਡੂਰ ਉੱਠ ਜਾਓ, ਕਿਉਂਕਿ ਸ੍ਰੀ ਚੰਦ ਹੈ, ਲਖਮੀ ਦਾਸ ਆਇਆ, ਤੁਹਾਡੇ ਨਾਲ ਮਤਭੇਦ ਰੱਖਦੇ ਆ। ਜਾ ਤੂੰ ਗੁਰੂ ਹੋ ਗਿਆ, ਹਰ ਵੇਲੇ ਅਕਾਲ ਪੁਰਖ ਤੁਹਾਡੇ ਅੰਗ ਸੰਗ ਔਰ ਸੱਚਖੰਡ ਦੀਆਂ ਜਿੰਨੀਆਂ ਗੁਪਤ ਹਸਤੀਆਂ ਸ਼ਕਤੀਆਂ ਉਹ ਤੁਹਾਡੇ ਹਾਜ਼ਰ ਨਜ਼ਰ। ਉਸੇ ਵੇਲੇ ਕਹਿਤਾ ਬਾਲੇ ਨੂੰ, ਕਹਿੰਦੇ ਬਾਲਾ ਤੂੰ ਵੀ ਸਾਥੀ ਆ,
चल तलवंडी। बाला कहिंदा महाराज वो वचन याद करो जदों मरदाना सचखंड नूं गया सी सोडे वेंदिया वेंदिया ते मरदाने नूं तुसीं पुछिया वी सुना मरदानिया की हाल है आत्मे दा। वो कहिंदा महाराज सोडी कृपा ना जिहड़ी नाभी वाली गंढ है वो खुल चुकी है, इन्ने सवास रहिंदे आ। ते बाले नूं महाराज कहिंदे बालिया गिणी चल, बाला गिणी गया जदों पूरे हो गए ते करके मरदाने ने नमस्कार विवान च बह गया सचखंड नूं। हुण महाराज कहिंदे वेखो बालिया मरदाने ते किन्नी करतार दी कृपा। बाला कहिंदा महाराज जीरे ते तेरी कृपा हो ते करतार दी कृपा है। महाराज हजी तां सब ते कर अंत दा समा होवे ते तुसी कोले बैठे हो, तू की चाहना बालिया? मैं चाहना महाराज जी मैनू नाल ही ले जाओ। कहिंदे बस ऐसा ही हो। वो कहिंदे महाराज जी याद करो सोडा हुक्म सी भी तेनू मैं नाल ही रखूंगा, नाल ही लेके जाऊँ ते मैनू हुण तुसी तलवंडी नू भेज रहे हैं। महाराज कहिंदे नहीं प्यारिया, असी आप दे बचन तो फिर सकते हैं, पक जान साडा बचन मन। नमस्कार करके बाला भी उठ गया। हुण दूजे सिर कहिंदे सच्चे पातशाह साडा कहिंदे प्यारो सोनू जिहड़ा भरम है हजे। महाराज ने नज़र कीती जोत दे नाल जोत मेल, सिखां नूं करके विदा भी सोडा साडे नाल ज़्यादा प्यार है। तुसी इस्तका महाराज जी ने उन्हें पासे करता ते रावी दे किनारे साफ समगरी मंगा ली आ। ते भगवान ने श्री चंद ते लक्ष्मी दास नूं भी सुनेहा भेजता जी पिछों लांभा ना देण। ये की कहिंदे कितें चंगे भले भी गल्लां करदे कराउंदे भी समाए है, एवें कहिंदे रहिंदे बजुर्ग हो गए आ। कहिंदे फिर महाराज जी ने सुनेहा भेजिया, फिर भी उन्होंने एवें कहा। तां महाराज जी ज्योति जोत समा गई तां सारी संगतां ने जदों महाराज ओले हो गए तां हां मारियां कि भगवान ਤੁਹਾਡਾ ਵਿਛੋੜਾ ਅਸੀਂ ਕਿਵੇਂ ਝੱਲ ਸਕਦੇ ਹਾਂ। ਸੰਗਤਾਂ ਨਾਲ ਮਹਾਰਾਜ ਜੀ ਦਾ ਕਰਤਾਰਪੁਰ ਕਿੰਨਾ ਪਿਆਰ ਦੱਸੀਏ ਤੁਸੀਂ ਆਪਦੇ ਦਿਲਾਂ ਤੋਂ ਪੁੱਛ ਸਕਦੇ ਹਾਂ। ਤਾਂ ਸਾਰੀ ਸੰਗਤ ਨੇ ਮਹਾਰਾਜ ਦੇ ਚਰਨਾਂ 'ਚ ਬੈਠ ਕੇ ਕੀ ਅਰਦਾਸ ਕੀਤੀ। ਨਹੀਂ ਚੱਲਿਆ ਵਿਛੋੜਾ ਜਾਣਾ ਸੱਚ ਖੰਡ ਜਾਣ ਵਾਲਿਆ ਸੰਗਤ ਸਾਡੇ ਪਿਆਰ ਵਿੱਚ ਬਰਲਾਪ ਕਰ ਰਹੀ ਆ, ਜਾ ਕੇ ਕਹੀਂ ਕਿ ਮਹਾਰਾਜ ਨਹੀਂ ਸਮਾਏ, ਉਹ ਤਾਂ ਇੱਕ ਪੇਪਰ ਪਾ ਗਏ ਆ, ਉਹਨਾਂ ਦੀ ਜੋਤ ਤਾਂ ਲਹਿਣਾ ਜੀ ਵਿੱਚ ਬਿਰਾਜਮਾਨ ਹੈ, ਹਰ ਵੇਲੇ ਤੁਹਾਡੇ ਅੰਗ ਸੰਗ ਹੈ, ਜਾ ਸਿੱਖਾਂ ਨੂੰ ਜਾ ਕੇ ਉਪਦੇਸ਼ ਕਰ। ਉਹ ਸਿੱਖ ਕਹਿੰਦਾ ਵੀ ਸਿੱਖੋ ਮੇਰੀ ਬੇਨਤੀ ਸੁਣੋ, ਕਹਿੰਦੇ ਗੁਰੂ ਨਾਨਕ ਮਹਾਰਾਜ ਜੀ ਸਮਾਏ ਨਹੀਂ ਗੇ, ਉਹ ਤਾਂ ਹੁਣ ਗੁਰੂ ਅੰਗਤ ਵਿੱਚ ਬਿਰਾਜਮਾਨ ਹੋ ਗਿਆ। ਉਹ ਕਹਿੰਦੇ ਸਿੱਖਾ ਤੈਨੂੰ ਕਿਹਨੇ ਦੱਸਿਆ? ਕਹਿੰਦੇ ਜੀ ਮੈਨੂੰ ਤਾਂ ਜਾਂਦੇ ਇੱਥੇ ਹੁਣ ਮਿਲੇ ਆ। ਤਾਂ ਉਹਨਾਂ ਨੇ ਜਾਂ ਚਾਦਰ ਚੱਕੀ ਹੇਠਾਂ ਕੁਛ ਮੰਨਾ। ਹੁਣ ਦੋਨੋਂ ਦੀਨ ਵਿਚਾਰ ਕਰਦੇ ਆ ਵੀ ਆਹਾ ਇਹ ਤਾਂ ਪੈਗੰਬਰ ਸੀ, ਇਹ ਤਾਂ ਖੁਦਾ ਸੀ, ਹਿੰਦੂ ਕਹਿੰਦੇ ਰਾਮ ਸੀ,
वो कहिंदे असी सत्कार करना, वो कहिंदे असी दफनाउणा। सिखां ने फैसला कर लिया, कहिंदे इउं करो आपो अपने फुल आपां चादर ते रख दिओ ते आपे महाराज फैसला दे देणगे। जिहदे फुल कमला गए उहनां दे नहीं गुरु सी, ते जिहदे टहक दे रहे वह मर्यादा करनगे। दोनों दीनां ने फुल महाराज दे हजूरी च रख दिते। दूजे दिन दोनों पासयां दे फुल टहक रहे, तां आपो अपनी मर्यादा अनुसार अद्धी अद्धी चादर पाड़ के दफनाई और संस्कार किया गया। हुण महाराज जी का निज सेवक भाई बुढ़ा जी, जिन्हां ने महाराज नूं बचपन विच थोड़ी उम्र च 12-13 साल की उम्र विच गुआं चारदे सी, ते महाराज जंगल दे विच कीर्तन कर रहे सी, गुआं दा दुध चोके छकाया सी, ते फिर महाराज जी तो हाथ जोड़ के की दात मंगी सी, महाराज मैनू जन्म मरण तो डर लगता, मैनू बचा लो। ते महाराज जी ने उहदा नां बाबा बुढ़ा रखता सी। इहदा हुण आपां किन्ना क प्रेम गिणीए, जदों आया दर्शन नूं ताहां निकल गईआं, दिल च विचार कर रहा, कहिंदे महाराज जे तुसीं सचखंड नूं जाणा सी तां सानूं नाल लै जांदे। संगतां तों स्वामी जी चलिया नहीं विछोड़ा जाणा, 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 संगतां तों स्वामी जी, संगतां तों स्वामी जी चलिया नहीं विछोड़ा जाणा, 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 सानू संग लै जांदे जे सी मात लोक छड जाणा, दर्शना नूं आए देख के महाराज जी का अंगीठा साहब सिख दी हुण तहां निकल गईआं। कहिंदे तां अगे तां महाराज आउण सार बुलाउंदे हुंदे सी, ओ सुना साथिया, सुना बालिया, भगवान हुण कौन सुनूंगा, दिल रो रिहा और दिल विच सतगुरु दे दर्शन दी होर तांग उठी।
बसल दी फेर पेंदी काफ कदर बसल दी फेर पेंदी काफ कदर बसल दी फेर पेंदी काफ कदर बसल दी फेर पेंदी जदों साडे के सदा दिलदार जांदे जदों साडे के सदा आपे ही बे
Oh.
सकत का।